ਸਤਿ ਸ੍ਰੀ ਅਕਾਲ ਜੀ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤਕਰੀਬਨ ਰਾਤ ਨੂੰ ਮਾਵਾਂ ਅਤੇ ਦਾਦੀਆਂ ਕਹਾਣੀ ਸੁਣਾਉਂਦੀਆਂ ਹੁੰਦੀਆਂ ਸਨ, ਔਰ ਬੱਚੇ ਕਹਾਣੀਆਂ ਸੁਣਦੇ ਰਹਿੰਦੇ ਸਨ, ਡੋਰੀਆਂ ਸੁਣਦੇ ਰਹਿੰਦੇ ਸਨ ਅਤੇ ਸੋ ਜਾਂਦੇ ਸਨ। ਉਦੋਂ ਐਂਟਰਟੇਨਮੈਂਟ ਦਾ ਇਹੀ ਸਾਧਨ ਹੁੰਦਾ ਸੀ। ਅਤੇ ਰਾਤ ਦਾ ਟਾਈਮ ਹੈ ਅਤੇ ਮੈਨੂੰ ਵੀ ਇਹ ਕਹਾਣੀ ਯਾਦ ਆਈ ਹੈ, ਮੈਂ ਚਲੋ ਤੁਹਾਡੇ ਨਾਲ ਸਾਂਝੀ ਕਰਨੀ ਹੈ। ਗੱਲ ਪੁਰਾਣੇ ਟਾਈਮ ਦੀ ਹੈ। ਕਸਾਈ ਦੇ ਕੋਲ ਇੱਕ ਬੰਦਾ ਗਿਆ, ਉਹ ਕਹਿੰਦਾ ਜੀ ਮੁਰਗਾ ਚਾਹੀਦਾ। ਉਹ ਕਹਿੰਦਾ ਜੀ ਮੁਰਗਾ ਇੱਕ ਹੀ ਪਿਆ। ਕਹਿੰਦਾ ਕੋਈ ਗੱਲ ਨਹੀਂ ਜੀ, ਇੱਕ ਹੀ ਦੇ ਦਿਓ, ਹੋਰ ਕਿਸੇ ਕੋਲ ਹੈਗਾ ਨਹੀਂ ਹੈ। ਉਹਨੇ ਹਲੇ ਮੁਰਗਾ ਛਿੱਲਿਆ ਹੀ ਸੀ ਕਿ ਉਸ ਬੰਦੇ ਕੋਲ ਇੱਕ ਬੁਲਾਵਾ ਆ ਗਿਆ ਵੀ ਘਰ ਤੇਰੇ ਜ਼ਰੂਰੀ ਕੰਮ ਹੈ, ਤੈਨੂੰ ਬੁਲਾਉਂਦੇ ਪਏ। ਉਹ ਬੰਦਾ ਕਹਿੰਦਾ ਇਸ ਤਰ੍ਹਾਂ ਵੀ ਆ, ਪੈਸੇ ਰੱਖ ਲੈ ਔਰ ਇਹ ਦਈ ਨਾ ਕਿਸੇ ਨੂੰ, ਮੈਨੂੰ ਜ਼ਰੂਰੀ ਚਾਹੀਦਾ, ਘਰ ਮਹਿਮਾਨ ਆਏ ਨੇ, ਮੈਂ ਜਿਹੜਾ ਹੁਣੇ ਗਿਆ ਅਤੇ ਹੁਣੇ ਆਇਆ, ਕੋਈ ਜ਼ਰੂਰੀ ਕੰਮ ਆ ਗਿਆ। ਉਹ ਚਲਾ ਜਾਂਦਾ। ਥੋੜ੍ਹੀ ਦੇਰ ਬਾਅਦ ਕਾਜੀ ਆਉਂਦਾ। ਕਾਜੀ ਉਸ ਵਕਤ ਜਿਹੜੇ ਲੋਕਾਂ ਦੇ ਫੈਸਲੇ ਵਗੈਰਾ ਕਰਵਾਉਂਦੇ ਸਨ, ਉਹ ਕਹਿੰਦਾ ਵੀ ਮੈਨੂੰ ਨਾ ਤੁਸੀਂ ਇੱਕ ਮੁਰਗਾ ਦੇ ਦਿਓ। ਉਹ ਕਹਿੰਦਾ ਜੀ ਮੁਰਗਾ ਤਾਂ ਮੇਰੇ ਕੋਲ ਹੈ ਨਹੀਂ। ਕਹਿੰਦਾ ਆ ਪਿਆ ਹੋਇਆ, ਛਿੱਲਿਆ ਹੋਇਆ, ਕਿਉਂ ਦੇ ਦੇ। ਉਹ ਕਹਿੰਦਾ ਜੀ ਇਹ ਤਾਂ ਮੇਰੀ ਨਾ ਕਿਸੇ ਦੀ ਅਮਾਨਤ ਹੈ, ਔਰ ਮੈਂ ਇਸ ਤਰ੍ਹਾਂ ਮਤਲਬ ਨਹੀਂ ਕਰ ਸਕਦਾ, ਮੇਰੀ ਦੁਕਾਨਦਾਰੀ ਖਰਾਬ ਹੋਏਗੀ, ਮੈਂ ਨਹੀਂ ਦੇ ਸਕਦਾ। ਕਾਜੀ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਦੇ ਦੇ। ਉਹਨੇ ਬੜਾ ਸਮਝਾਇਆ, ਉਹ ਕਹਿੰਦਾ ਵੀ ਮੈਂ ਕਹਾਂਗਾ ਕੀ ਵੀ ਮੁਰਗਾ ਕਿੱਥੇ ਗਿਆ। ਉਹ ਕਹਿੰਦਾ ਉਹਨੂੰ ਕਹਿ ਦੀ ਉੱਡ ਗਿਆ। ਉਹ ਕਹਿੰਦਾ ਵੀ ਉੱਡ ਕਿਵੇਂ ਹੋ ਸਕਦਾ, ਉਹਦੇ ਸਾਹਮਣੇ ਛਿੱਲਿਆ ਮੈਂ, ਮਰਿਆ ਆ ਮੁਰਗਾ, ਉੱਡੇਗਾ ਕਿਸ ਤਰ੍ਹਾਂ। ਉਹ ਕਹਿੰਦਾ ਕੋਈ ਗੱਲ ਨਹੀਂ, ਜੋ ਕੋਈ ਗੱਲਬਾਤ ਹੋਏਗੀ ਮੈਂ ਆਪੇ ਸੰਭਾਲ ਲਵਾਂਗਾ, ਕੋਈ ਸ਼ਿਕਾਇਤ ਹੋਏਗੀ ਮੇਰੇ ਦਰਬਾਰ 'ਚ ਹੀ ਆਉਣਾ ਇਹਨੇ। ਚਲੋ ਜੀ, ਉਹ ਆਪਣਾ ਮੁਰਗਾ ਲੈ ਕੇ ਚਲਾ ਗਿਆ। ਇੰਨੀ ਦੇਰ ਨੂੰ ਬੰਦਾ ਆ ਗਿਆ, ਮੇਰਾ ਪੈਸੇ ਦੇ ਗਿਆ ਸੀ। ਉਹਨੇ ਕਿਹਾ ਬਈ ਲਓ ਤੁਸੀਂ ਮੇਰਾ ਮੁਰਗਾ ਦੇ ਦਿਓ। ਉਹ ਕਹਿੰਦਾ ਜੀ ਤੇਰਾ ਮੁਰਗਾ ਤਾਂ ਉੱਡ ਗਿਆ। ਉਹ ਕਹਿੰਦਾ ਕਮਾਲ ਹੈ ਯਾਰ, ਇਹ ਕਦੀ ਹੋ ਸਕਦਾ ਵੀ ਮੁਰਗਾ ਮਰਿਆ ਹੋਇਆ ਮੁਰਗਾ ਉੱਡ ਜਾਏ? ਉਹ ਕਹਿੰਦਾ ਹੋ ਕਿਉਂ ਸਕਦਾ, ਉੱਡ ਗਿਆ ਮੇਰੇ ਸਾਹਮਣੇ ਉੱਡਿਆ। ਕਾਫੀ ਉਹਨਾਂ ਦੇ ਵਿੱਚ ਇਸ ਗੱਲ ਵਿੱਚ ਬਹਿਸ ਹੋ ਗਈ। ਲੋਕਾਂ ਨੇ ਸਮਝਾਇਆ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੇਰੇ ਸਾਹਮਣੇ ਉੱਡਿਆ। ਉਹ ਕਹਿੰਦਾ ਚਲੋ ਇਹਨੂੰ ਉਹਨਾਂ ਦਰਬਾਰ 'ਚ ਲੈ ਜਾਓ, ਕਾਜੀ ਦੇ ਉਹੀ ਫੈਸਲਾ ਕਰੇਗਾ ਇਸ ਗੱਲ ਦਾ। ਕਹਿੰਦਾ ਚੱਲ ਪੋ। ਅੱਛਾ ਉਹਨੂੰ ਕਸਾਈ ਨੂੰ ਕੋਈ ਡਰ ਹੀ ਨਹੀਂ ਸੀ, ਬਈ ਉਹਨੂੰ ਪਤਾ ਸੀ ਕਿ ਵੀ ਕਾਜੀ ਨੇ ਦੇਖਿਆ ਹੋਇਆ, ਕੋਈ ਦਿੱਕਤ ਆਏਗੀ ਤਾਂ ਮੇਰੇ ਕੋਲ ਤੋਂ ਆ ਜਾਈ। ਹੁਣ ਉਹ ਜਾਂਦੇ ਪਏ ਸਨ, ਰਸਤੇ 'ਚ ਦੋ ਬੰਦੇ ਆਪਸ ਵਿੱਚ ਝਗੜ ਰਹੇ ਸਨ। ਉਹ ਪਤਾ ਨਹੀਂ ਇਹੋ ਜਿਹਾ ਸਬੱਬ ਬਣਿਆ ਕਿ ਉਹਨੇ ਲੜਾਈ ਜਾ ਕੇ ਉਹ ਵੇਖਣ ਲੱਗ ਗਏ ਅਤੇ ਉਹ ਜਿਹੜਾ ਕਸਾਈ ਸੀ ਨਾ, ਉਹਦੇ ਹੱਥ 'ਚ ਜਿਹੜਾ ਛੁਰਾ ਸੀ ਉਹ ਨਾਲ ਹੀ ਲੈ ਕੇ ਟੁਰਦਾ ਪਿਆ ਸੀ। ਉਹ ਜਿਹੜੇ ਬੰਦੇ ਲੜ ਰਹੇ ਸਨ ਨਾ, ਉਹਨਾਂ ਦੀ ਉਹਨਾਂ ਵਿੱਚੋਂ ਇੱਕ ਦੀ ਨਾ ਅੱਖ ਦੇ 'ਚ ਲੱਗ ਗਿਆ, ਔਰ ਉਹਦਾ ਇੱਕ ਡੇਲਾ ਬਾਹਰ ਨਿਕਲ ਆਇਆ। ਉਹ ਡੇਲਾ ਜਿਹੜਾ ਗੋਲ ਗੋਲ ਹੁੰਦਾ ਨਾ, ਖਾਂਜਿਆਂ ਨੂੰ ਡੇਲਾ ਆਖਦੇ ਨੇ। ਚਲੋ ਜੀ, ਉਹ ਲੜਾਈ ਤਾਂ ਹਟ ਗਈ, ਉਹ ਲੜਾਈ ਉਹਦੇ ਗੱਲ ਹੀ ਪੈ ਗਈ। ਉਹ ਕਹਿੰਦਾ ਜੀ ਮੈਂ ਕੋਈ ਜਾਣ ਕੇ ਨਹੀਂ ਮਾਰਿਆ, ਉੱਥੇ ਫਿਰ ਝਗੜਾ ਹੋ ਗਿਆ। ਉਹ ਕਹਿੰਦਾ ਇਹਨੂੰ ਕਾਜੀ ਦੇ ਕੋਲ ਲੈ ਜਾ। ਕਹਿੰਦਾ ਚੱਲ ਕੋਈ ਗੱਲ ਨਾ ਬਾਈ, ਜਿੱਥੇ ਕੇ ਉੱਥੇ ਦੋ ਹੋ ਜਾਓ, ਤੁਸੀਂ ਚੱਲ ਪਓ ਕਾਜੀ ਕੋਲ ਚੱਲ ਪਓ। ਰਾਹ 'ਚ ਉਹਦਾ ਵਿਚਾਰ ਆਇਆ ਯਾਰ ਇਹ ਤਾਂ ਇੱਕ ਜਗ੍ਹਾ ਦੋ ਹੋ ਗਏ ਨੇ, ਹੁਣ ਤਾਂ ਮੈਂ ਫਸ ਜਾਣਾ। ਕਾਜੀ ਨੇ ਤਾਂ ਇੱਕ ਮਸਲਾ ਸੋਲਵ ਕਰਨ ਦਾ ਠੇਕਾ ਲਿਆ ਸੀਗਾ, ਉਹਦੇ ਦੋ ਹੋ ਗਏ। ਅਤੇ ਉਹਨੇ ਕੀ ਕੀਤਾ, ਰਾਹ 'ਚ ਇੱਕ ਮਕਾਨ ਜਿਹਾ ਸੀ, ਉਹਨੇ ਵੇਖਿਆ ਉਹ ਮਕਾਨ 'ਚ ਵੜ ਗਿਆ ਅਤੇ ਉਹਦੀ ਛੱਤ ਜਿਹੜਾ ਉਹ ਥੱਲੇ ਪਰਲੇ ਪਾਸੇ ਜਿਵੇਂ ਛਾਲ ਮਾਰਨ ਲੱਗਾ ਨਾ, ਉੱਥੇ ਇੱਕ ਬਜ਼ੁਰਗ ਜਾਂਦਾ ਪਿਆ ਸੀ, ਉਹ ਛਾਲ ਉਹ ਬਜ਼ੁਰਗ ਦੇ ਉੱਤੇ ਆ ਕੇ ਪੈ ਗਿਆ, ਔਰ ਬਜ਼ੁਰਗ ਜਿਹੜਾ ਸੀ ਉਹ ਵਿਚਾਰਾ ਉੱਥੇ ਗੁਜ਼ਰ ਗਿਆ। ਉਹਦੇ ਬੱਚਿਆਂ ਨੇ ਉਹਨੂੰ ਫੜ ਲਿਆ, ਉਹ ਕਹਿੰਦੇ ਨੇ ਇਹ ਕੀ ਕੀਤਾ? ਤੂੰ ਕਹਿੰਦਾ ਮੈਂ ਕੋਈ ਜਾਣ ਕੇ ਨਹੀਂ ਕੀਤਾ, ਮੈਂ ਤਾਂ ਆਪ ਬੜਾ ਪਰੇਸ਼ਾਨ ਹੋਇਆ ਸਵੇਰ ਦਾ, ਇੱਧਰ ਭੱਜਣ ਲੱਗਾ ਸਾਂ ਅਤੇ ਇਹਦੋਂ ਛਾਲ ਮਾਰੀ ਹੈ ਅਤੇ ਇਹਦੇ 'ਤੇ ਆ ਕੇ ਡਿੱਗ ਗਿਆ। ਉਹ ਕਹਿੰਦਾ ਨਹੀਂ ਬਈ ਨਹੀਂ, ਸਾਡਾ ਬੰਦਾ ਮਰ ਗਿਆ, ਮੈਂ ਤੈਨੂੰ ਸਜ਼ਾ ਦਵਾਵਾਂਗੇ, ਚੱਲ ਤੂੰ ਕਾਜੀ ਦੇ ਕੋਲ ਚੱਲ। ਲਓ ਜੀ ਸਾਰੇ ਤਿੰਨੋਂ ਜਣੇ ਰਲ ਕੇ ਉਹਨੂੰ ਕਾਜੀ ਦੇ ਦਰਬਾਰ 'ਚ ਉਹਨੂੰ ਪੇਸ਼ ਕਰਤਾ। ਕਾਜੀ ਨੇ ਵੇਖਿਆ ਲੈ ਬੰਦਾ ਤਾਂ ਆਪਣਾ ਹੀ ਆ ਗਿਆ। ਉਹਨੇ ਕਿਹਾ ਲਿਆਓ ਜੀ ਕੀ ਮਸਲਾ ਹੈ? ਅਤੇ ਜਿਹੜਾ ਮੁਰਗੀ ਵਾਲਾ ਸੀ ਨਾ, ਉਹਨੇ ਕਿਹਾ ਵੀ ਦੇਖੋ ਇਸ ਬੰਦੇ ਨੇ ਮੇਰਾ ਜੋ ਮੁਰਗਾ ਜਿਹੜਾ ਨਾ ਉਹ ਪਤਾ ਕਿੱਥੇ ਗਾਇਬ ਕਰਤਾ, ਤਾਂ ਮੈਨੂੰ ਕਹਿੰਦਾ ਜੀ ਉੱਡ ਗਿਆ। ਇਹ ਮੰਨਦਾ ਹੀ ਨਹੀਂ ਕਿ ਇਹਨੇ ਹੇਰਾ ਫੇਰੀ ਕੀਤੀ। ਅੱਛਾ ਇਹ ਉਹਨੇ ਕਿਹਾ ਕਾਜੀ ਨੇ
ਕਹਿੰਦੇ ਯਾਰ ਤੈਨੂੰ ਰੱਬ 'ਤੇ ਵਿਸ਼ਵਾਸ ਨਹੀਂ ਹੈ, ਤੂੰ ਤਾਂ ਮਤਲਬ ਬੜਾ ਰੱਬ ਨੂੰ ਨਾ ਮੰਨਣ ਵਾਲਾ ਨਾਸਤਿਕ ਬੰਦਾ ਹੈ। ਉਸ ਜ਼ਮਾਨੇ ਦੇ ਵਿੱਚ ਨਾਸਤਿਕ ਕਹਾਉਣਾ ਵੀ ਇੱਕ ਤਰ੍ਹਾਂ ਦਾ ਜੁਰਮ ਹੁੰਦਾ ਸੀ। ਉਹ ਕਹਿੰਦਾ ਤੂੰ ਤਾਂ ਪਰਮਾਤਮਾ ਵਿਸ਼ਵਾਸ ਨਹੀਂ ਕਰਦਾ। ਕਹਿੰਦੇ ਕਿਉਂ? ਉਹ ਕਹਿੰਦਾ ਰੱਬ ਤਾਂ ਕੁਛ ਵੀ ਕਰ ਸਕਦਾ, ਉਹ ਤਾਂ ਮਰਿਆ ਦੇ 'ਚ ਵੀ ਜੀਵਨ ਪਾ ਸਕਦਾ। ਕਹਿੰਦਾ ਤੂੰ ਇਸ ਗੱਲ ਨੂੰ ਮੰਨਣਾ ਹੈ ਕਿ ਨਹੀਂ ਮੰਨਦਾ? ਉਹ ਕਹਿੰਦਾ ਹਾਂ ਬਈ ਮੈਂ ਮੰਨਣਾ। ਉਹਨੇ ਕਿਹਾ ਵੀ ਇੱਥੇ ਤਾਂ ਹੋਰ ਹੀ ਕੰਮ ਛਿੜ ਪਏਗਾ, ਇੱਕ ਮੁਰਗੇ ਦੀ ਗੱਲ ਆਈ। ਕਹਿੰਦਾ ਨਹੀਂ ਜੀ, ਪਰਮਾਤਮਾ ਸਭ ਕੁਛ ਕਰ ਸਕਦਾ, ਉੱਡ ਗਿਆ ਹੋਣਾ। ਕਹਿੰਦਾ ਫਿਰ ਦੱਸੋ ਤੁਹਾਡਾ ਕੇਸ ਅੱਗੇ ਚਾਲੂ ਰੱਖੀਏ ਕਿ ਡਿਸਮਿਸ? ਕਹਿੰਦਾ ਨਹੀਂ, ਮੈਂ ਕੇਸ ਅੱਗੇ ਨਹੀਂ ਕਰਨਾ ਚਾਹੁੰਦਾ। ਹੁਣ ਉਹ ਦੂਸਰੇ ਬੰਦੇ ਨੂੰ ਪੁੱਛਿਆ, ਹਾਂ ਵੀ ਦੱਸ ਵੀ ਤੇਰਾ ਕੀ ਮਸਲਾ? ਕਹਿੰਦਾ ਜੀ ਇਹਨੇ ਛੁਰੀ ਦੇ ਨਾਲ ਭੈਣ ਮੇਰਾ ਡੇਲਾ ਹੀ ਬਾਹਰ ਕੱਢਤਾ। ਉਹ ਕਹਿੰਦਾ ਵੀ ਤੇਰਾ ਡੇਲਾ ਇੱਕ ਨਿਕਲਿਆ ਨਾ ਬਾਹਰ, ਹੁਣ ਸਜ਼ਾ ਦਾ ਤਾਂ ਆਹ ਪ੍ਰਾਵਧਾਨ ਹੈ, ਜਿੰਨਾ ਤੇਰਾ ਨੁਕਸਾਨ ਹੋਇਆ ਨਾ ਇਹਦਾ ਅੱਧਾ ਨੁਕਸਾਨ ਹੋਏਗਾ। ਕਹਿੰਦੇ ਕਿਸ ਤਰ੍ਹਾਂ? ਕਹਿੰਦਾ ਤੇਰਾ ਇੱਕ ਡੇਲਾ ਨਿਕਲਿਆ ਪੂਰਾ ਬਾਹਰ, ਇਹਦਾ ਅਸੀਂ ਅੱਧਾ ਕੱਢਾਂਗੇ। ਪਰ ਅੱਧਾ ਕਿਵੇਂ ਕੱਢਾਂਗੇ? ਅੱਧਾ ਇਹਦੇ ਬੜੀ ਦਿੱਕਤ ਹੋ ਜਾਏਗੀ ਕੱਢਣ ਲੱਗਿਆਂ। ਕਹਿੰਦਾ ਹਾਂਜੀ। ਕਹਿੰਦਾ ਫਿਰ ਇਸ ਤਰ੍ਹਾਂ ਕਰ ਰਹੇ ਹਾਂ ਵੀ ਤੇਰੀਆਂ ਦੋਨੋਂ ਅੱਖਾਂ ਦੇ ਡੇਲੇ ਕੱਢ ਲੈਂਦੇ ਹਾਂ, ਤੂੰ ਇਹਦਾ ਇੱਕ ਦਾ ਕੱਢ ਲਈ। ਲੈ ਵੀ ਬੰਦਾ ਸੋਚੇ ਵੀ ਪਹਿਲਾਂ ਹੀ ਇੱਕ ਅੱਖ ਤੋਂ ਗਿਆ ਵਾਂ, ਇਹ ਤਾਂ ਵਿਖਣਾ ਹੀ ਬੰਦ ਹੋ ਜਾਏਗਾ। ਉਹ ਕਹਿੰਦਾ ਕਾਜੀ ਸਾਹਿਬ ਕੋਈ ਗੱਲ ਨਹੀਂ, ਗਲਤੀ ਹੋ ਗਈ ਹੋਣੀ ਹੈ, ਮੈਨੂੰ ਭੁਲੇਖਾ ਲੱਗਾ, ਇਹ ਅਸੀਂ ਆਪਸ 'ਚ ਲੜਦੇ ਪਏ ਸਾਂ, ਨਹੀਂ ਮੈਨੂੰ ਇਹਦੇ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈਗੀ। ਕਹਿੰਦਾ ਫਿਰ ਪੱਕਾ ਤੂੰ ਕੇਸ ਵਾਪਸ ਲੈ ਰਿਹਾ? ਕਹਿੰਦਾ ਹਾਂ ਮੈਂ ਵਾਪਸ ਲੈ ਰਿਹਾ। ਹੁਣ ਤੀਸਰਾ ਬੰਦਾ ਕਹਿੰਦਾ ਜੀ ਦੇਖੋ ਇਹਨੇ ਛਾਲ ਮਾਰੀ ਕੋਠੇ ਤੋਂ ਅਤੇ ਮੇਰੇ ਪਿਓ ਦੇ ਉੱਪਰ ਡਿੱਗਿਆ ਔਰ ਉੱਥੇ ਹੀ ਉਹ ਖਤਮ ਹੋ ਗਿਆ। ਕਹਿੰਦਾ ਮੈਨੂੰ ਤਾਂ ਨਿਆਂ ਚਾਹੀਦਾ। ਕਹਿੰਦਾ ਕੋਈ ਨਹੀਂ, ਤੈਨੂੰ ਨਿਆਂ ਪੂਰਾ ਮਿਲੇਗਾ, ਤੂੰ ਕੋਠੇ ਚੜ੍ਹ ਜਾ ਔਰ ਉਹਦੇ ਛਾਲ ਮਾਰੀ। ਹੁਣ ਜਿਹੜਾ ਇਹਦਾ ਕੁਛ ਹੋਏਗਾ ਉਹ ਹੋ ਜਾਏਗਾ, ਜੇ ਮਰ ਗਿਆ ਤਾਂ ਮਰ ਗਿਆ, ਦਿਨਾ ਮਰਿਆ ਤੇ ਇਹਦੀ ਕਿਸਮਤ। ਉਹ ਕਹਿੰਦਾ ਜੀ ਇਹ ਮੈਂ ਛਾਲ ਮਾਰਾਂਗਾ, ਇੱਧਰ ਉੱਧਰ ਹੋ ਗਿਆ ਮਾੜਾ ਜਿਹਾ, ਫਿਰ ਤਾਂ ਮੈਨੂੰ ਸੱਟ ਲੱਗ ਜਾਏਗੀ ਜ਼ਿਆਦਾ, ਮੈਂ ਤਾਂ ਹੋਰ ਮੰਜੀ 'ਤੇ ਪੈ ਜਾਵਾਂਗਾ, ਹੱਡੀਆਂ ਪਸਲਾਂ ਟੁੱਟ ਜਾਣਗੀਆਂ। ਉਹ ਕਹਿੰਦਾ ਦੇਖ ਵੀ ਨਿਆਂ ਤਾਂ ਅਸੀਂ ਪੂਰਾ ਕਰਾਂਗੇ, ਹੁਣ ਤੂੰ ਦੱਸ ਨਿਆਂ ਤੈਨੂੰ ਚਾਹੀਦਾ ਕਿ ਨਹੀਂ ਚਾਹੀਦਾ? ਉਹਨੇ ਕਿਹਾ ਵੀ ਪਿਓ ਪਹਿਲੇ ਮਰਿਆ ਪਿਆ, ਜੇ ਮੈਂ ਵੀ ਮੰਜੀ 'ਤੇ ਪੈ ਗਿਆ ਤਾਂ ਘਰ ਦਾ ਪਤਾ ਨਹੀਂ ਬੁਰਾ ਹਾਲ ਹੋ ਜਾਏਗਾ। ਉਹ ਕਹਿੰਦਾ ਜੀ ਕਾਜੀ ਸਾਹਿਬ ਮੈਂ ਵੀ ਕੇਸ ਨਹੀਂ ਲੜਨਾ ਚਾਹੁੰਦਾ, ਮੈਨੂੰ ਵੀ ਗਲਤ ਇਹਦੇ ਕੋਲੋਂ ਜਿਹੜਾ ਕੰਮ ਹੋਇਆ ਉਹ ਭੁਲੇਖੇ ਨਾਲ ਹੀ ਹੋਇਆ, ਇਸ ਵਾਸਤੇ ਮੈਂ ਇਹ ਕੇਸ ਵਾਪਸ ਲੈ ਰਿਹਾ। ਚਲੋ ਜੀ, ਉਹ ਜਿਹੜਾ ਬੰਦਾ ਸੀ, ਜਿਹੜਾ ਕਾਜੀ ਦਾ ਬੰਦਾ ਸੀ ਕਸਾਈ, ਉਹ ਦੇਖੋ ਬਰੀ ਹੋ ਗਿਆ, ਬਿਲਕੁਲ ਬਾਇੱਜ਼ਤ ਬਰੀ ਹੋ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦਾ ਹੱਥ ਘੂਮਤਾਂ 'ਚ ਹੁੰਦਾ ਨਾ, ਉਹ ਭਾਵੇਂ ਕਿਸੇ ਦੀ ਚੋਰੀ ਕਰ ਲੈਣ, ਭਾਵੇਂ ਕੋਈ ਫਰੇਬ ਕਰ ਲੈਣ, ਉਹ ਭਾਵੇਂ ਬੰਦੇ ਮਾਰ ਦੇਣ, ਉਹਨਾਂ ਦਾ ਕੁਝ ਨਹੀਂ ਵਿਗੜਦਾ। ਸਤਿ ਸ਼੍ਰੀ ਅਕਾਲ ਜੀ।